ਅੰਮ੍ਰਿਤਸਰ ਦੇ ਨਿਊ ਰਿਐਲਿਟੀ ਸਥਿਤ ਇੱਕ ਢਾਬੇ 'ਤੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਢਾਬੇ 'ਤੇ ਰੋਟੀ ਖਾਣ ਆਏ ਇੱਕ ਨੌਜਵਾਨ ਨੇ ਢਾਬੇ ਮਾਲਿਕ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਦੱਸਿਆ ਜਾਂਦਾ ਹੈ ਕਿ ਨੌਜਵਾਨ ਨੇ ਸ਼ਰਾਬ ਪੀਣ ਦੇ ਲਈ ਗਿਲਾਸ ਲਿੱਤਾ ਅਤੇ ਉਸ ਤੋਂ ਬਾਅਦ ਰੋਟੀ ਖਾਧੀ, ਪਰ ਜਦ ਪੈਸੇ ਦੇਣ ਦੀ ਵਾਰੀ ਆਈ ਤਾਂ ਉਸਨੇ ਗੁੱਸੇ 'ਚ ਆ ਕੇ ਢਾਬੇ ਮਾਲਿਕ 'ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਦੂਜੇ ਪਾਸੇ ਪੁਲਿਸ ਨੇ ਨੌਜਵਾਨ ਦੇ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਰਾਤੀ ਦੋਵੇਂ ਜਣੇ ਆਏ, ਮੀਆਂ ਤੇ ਬੀਬੀ ਆਏ ਗਲਾਸ, ਰਾਤ ਨੂੰ ਇਹਨਾਂ ਨੇ ਆ ਕੇ ਪਹਿਲੇ ਤਾਂ ਮੇਰੇ ਕੋਲ ਗਲਾਸ ਮੰਗੇ ਸ਼ਰਾਬ ਪੀਣ ਵਾਸਤੇ, ਮੈਂ ਇਹਨਾਂ ਨੂੰ ਗਲਾਸ ਨਹੀਂ ਦਿੱਤੇ। ਫਿਰ ਇਹਨਾਂ ਨੇ ਮੇਰੇ 'ਤੇ ਜ਼ਬਰਦਸਤੀ ਕਰਨੀ ਚਾਹੀ ਕਿ ਐਵੇਂ ਮੈਨੂੰ ਗਲਾਸ ਦਿਓ। ਫਿਰ ਇਹਨਾਂ ਨੇ ਵੇਖੇ ਮੇਰੇ ਕੋਲ ਚਾਹ ਵਾਲੇ ਗਲਾਸ ਪਏ ਸੀ ਅਤੇ ਉਹਨਾਂ ਨੇ ਕਿਹਾ ਕਿ ਐਵੇਂ ਮੈਨੂੰ ਇਹੀਓ ਗਲਾਸ ਦੇ ਦਿਉ, ਅਤੇ ਇਹਨਾਂ ਨੇ ਗਲਾਸ ਲੈ ਕੇ ਉਹ ਤੋਂ ਬਾਅਦ 10 ਮਿੰਟ ਬਾਅਦ ਆਇਆ ਮੇਰੇ ਕੋਲ, ਮੈਨੂੰ ਕਹਿੰਦਾ ਮੈਨੂੰ ਰੋਟੀ ਖਵਾ ਦਿਉ। ਅਤੇ ਆਪਾਂ ਨੂੰ ਕਿਹਾ ਚਲੋ ਗੱਡੀ ਬਹੋ ਅਤੇ ਆਪਾਂ ਖਵਾ ਦਿੰਦੇ ਹਾਂ ਰੋਟੀ। ਅਤੇ ਇੰਨੀ ਜੇ ਮੇਰੇ ਨਾਲ ਖੁੰਦ ਕੱਢਣ ਲੱਗਾ, ਇਹਨੇ ਮੇਰੇ ਨਾਲ ਹੱਥੋਂ ਪਾਈ ਕਰਨੀ ਸ਼ੁਰੂ ਕਰਤੀ, ਮੇਰੇ ਨਾਲ ਮਜ਼ਾਕ ਮਯੂ ਕਰਨ ਡਿਆ ਪਹਿਲੇ ਹੱਥੋਂ ਪਾਈ ਨਾਲ, ਫਿਰ ਬਾਅਦ 'ਚੋਂ ਇਹ ਸੀਰੀਅਸ ਹੋ ਗਿਆ, ਇਹਨੇ ਮੈਨੂੰ ਦਾਤਰ ਦੂਤਰ ਕੱਢ ਕੇ ਵਿਖਾਏ ਆ। ਫਿਰ ਬਾਅਦ 'ਚੋਂ ਫਿਰ ਘੁੰਮ ਕੇ ਆਇਆ ਅੱਗੋਂ, ਫਿਰ ਘੁੰਮ ਕੇ ਆਇਆ, ਫਿਰ ਦੂਜੀ ਵਾਰੀ ਆ ਗਏ ਨੇ, ਮੇਰੇ 'ਤੇ ਹਮਲਾ ਕੀਤਾ ਹੈ। ਰਿਆਲਟੋ ਦੇ ਲਾਗੇ ਢਾਬੇ ਦੇ ਵਿੱਚ ਇੱਕ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ, ਜਿਹਦੇ 'ਚ ਇੱਕ ਢਾਬੇ ਦੇ ਓਨਰ ਨਾਲ ਲੜਾਈ ਮਾਰ ਕੁਟਾਈ ਦੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ। ਉਸ ਵੀਡੀਓ ਦੇ ਵਿੱਚ ਉਹ ਜਿਹੜਾ ਬੰਦਾ ਹੈਗਾ, ਪਹਿਲਾਂ ਤਾਂ ਅਚਾਨਕ ਇਹਨਾਂ ਦੇ 'ਚ ਆਪਸ 'ਚ ਗਰਮਜੋਸ਼ੀ ਹੋਈ ਹੈ, ਅਤੇ ਮੁੜ ਕੇ ਉਹ ਦੂਰੋਂ ਇੱਕ ਦਾਤਰ ਲੈ ਕੇ ਆ ਰਿਹਾ, ਜਿਹਨੂੰ ਕਿ ਬਿਨਾਂ ਕਿਸੇ ਨੁਕਸਾਨ ਦੇ ਫੜ ਲਿਆ ਗਿਆ। ਅਤੇ ਉਹਦੇ ਸੰਬੰਧੀ ਸਾਡੇ ਕੋਲ ਕੰਪਲੇਂਟ ਆਈ ਹੈ, ਅਤੇ ਕੰਪਲੇਂਟ 'ਤੇ ਅਸੀਂ ਕਾਰਵਾਈ ਕਰ ਰਹੇ ਹਾਂ, ਜੋ ਵੀ ਹੈ ਬੰਦਾ ਕਾਰਵਾਈ ਕਰਦੇ ਹਾਂ। ਬੰਦਾ ਆਈਡੈਂਟੀਫਾਈਡ ਹੈ ਜੀ, ਉਹ ਦਿਸ ਰਿਹਾ, ਸਾਰਾ ਕੁਝ ਕਲੀਅਰ ਹੈ, ਅਤੇ ਢਾਬੇ ਵਾਲੇ ਨੂੰ ਵੀ ਉਹਦੀ ਜਾਣਕਾਰੀ ਹੈਗੀ ਹੈ। ਅਸੀਂ ਉਹਨੂੰ ਬੁਲਾ ਕੇ ਇੱਕ ਵਾਰੀ ਚੈੱਕ ਕਰ ਲਈਏ, ਦਰਖਾਸਤ ਸਾਡੇ ਕੋਲ ਢਾਬੇ ਵਾਲੇ ਵੱਲੋਂ ਆਈ ਹੈ, ਉਹਦੀ ਪੜਤਾਲ ਕਰਕੇ ਕਾਰਵਾਈ ਕਰਦੇ ਹਾਂ। ਅੰਮ੍ਰਿਤਸਰ ਤੋਂ ਗੰਜਿੰਦਰ ਸਿੰਘ ਕਿੰਗ ਦੀ ਰਿਪੋਰਟ, ਚੈਨਲ 2।